ਕੇਸਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਇਹਦੇ ਵਿੱਚ ਇੱਕ ਮੁਕੱਦਮਾ ਨੰਬਰ ਐਫ ਆਈ ਆਰ ਨੰਬਰ ਸੀਗਾ 291 ਜਿਹੜਾ ਆਪਣਾ ਰਾਣੀ ਕੇ ਬਾਗ ਦੇ ਵਿੱਚ ਜਿਹੜਾ ਸੀਗਾ ਉਹ ਸ਼ਾਮ ਨੂੰ ਇੱਕ ਬੰਦਾ ਜਿਹੜਾ ਸੀਗਾ ਵਿਅਕਤੀ ਕਿਸੇ ਦੇ ਘਰ ਵੜ ਕੇ 4 ਵਜੇ ਦੇ ਕਰੀਬ ਜਿਹੜਾ ਸੀਗਾ ਉਹਨਾਂ ਦੀਆਂ ਅਲਮਾਰੀਆਂ ਖੋਲ੍ਹ ਕੇ ਸਮਾਨ ਕੱਟ ਕੇ ਲੈ ਗਿਆ ਸੀ। ਜਿਹਦੇ ਵਿੱਚ ਪੁਲਿਸ ਨੇ ਬੜੀ ਮਿਹਨਤ ਕਰਕੇ ਇਹਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਜਿਹੜੀ 2 ਵੰਗਾਂ ਜਿਹੜੀਆਂ ਸੀਗੀਆਂ 41 ਗ੍ਰਾਮ ਦੀਆਂ ਅਤੇ 1 ਡਾਇਮੰਡ ਦੀ ਜਿਹੜੀ ਰਿੰਗ ਸੀਗੀ, 1 ਲੋਕਟ ਅਤੇ ਦੂਸਰੀ ਜਿਹੜੀ ਹੈ ਜੈਂਟ ਸਮੁੰਦਰੀ ਜਿਹੜੀ 6 ਗ੍ਰਾਮ ਵਜਨੀ ਸੀਗੀ ਉਹ ਬਰਾਮਦ ਕਰ ਲਈ ਹੈ। ਔਰ ਇਹ ਦੋਸ਼ੀ ਜਿਹੜਾ ਹੈਗਾ ਆਪਣਾ ਸ਼ਿਬੂ ਇਹਨੂੰ ਜਿਹੜਾ ਹੈਗਾ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ। ਸ਼ਿਬੂ ਦੇ ਬਾਰੇ ਮੈਂ ਦੱਸਣਾ ਚਾਹਾਂਗਾ, ਸ਼ਿਬੂ ਦੇ ਔਲਰੇਡੀ 16 ਮੁਕੱਦਮੇ ਜਿਹੜੇ ਦਿੱਲੀ ਦੇ ਵਿੱਚ ਪਹਿਲਾਂ ਚੋਰੀ ਦੇ ਦਰਜ ਨੇ, ਔਰ ਇਹ ਬਹੁਤ ਵੱਡਾ ਪੁਲਿਸ ਦੇ ਲਈ ਇੱਕ ਬਹੁਤ ਵੱਡਾ ਚੋਰ ਫੜਿਆ ਜਿਹੜਾ ਇਹ ਹੈਗਾ ਬੰਦਾ। ਸ਼ਿਬੂ ਦੇ ਔਲਰੇਡੀ ਦਿੱਲੀ ਦੇ ਵਿੱਚ ਜਿਹੜੇ ਹੈਗੇ ਆ 16 ਮੁਕੱਦਮੇ ਦਰਜ ਹੈਗੇ ਨੇ, ਔਰ ਸਾਰੀ ਇਹਦੇ ਵਿੱਚ ਜਿਹੜੀ ਹੈਗੀ ਅਸੀਂ ਰਿਕਵਰੀ ਕਰ ਲਈ ਆ, ਔਰ ਇਹਦੇ ਨਾਲ ਜਿਹੜੀ ਹੈਗੀ ਆ ਲੋਕਾਂ ਨੂੰ ਸੈਂਸ ਆਫ ਸਿਕਿਉਰਿਟੀ ਹੋਣੀ ਚਾਹੀਦੀ ਹੈ। ਇਹ ਇਕੱਲਾ ਹੈਗਾ ਫਿਲਹਾਲ ਜਿਹੜਾ ਹੈਗਾ ਆ, ਇਹ ਆਪਣੇ ਗਵਾਲ ਮੰਡੀ ਦਾ ਸੀਗਾ ਜਿਹੜਾ ਹੁੰਦਾ। ਇਹ ਮੋਹਣੀ ਪਾਰਕ ਦਾ ਹੈਗਾ, ਮੋਹਣੀ ਪਾਰਕ ਗਲੀ ਨੰਬਰ 2 ਜਿਹੜਾ ਹੈਗਾ ਉੱਥੋਂ ਦਾ ਜੀ। ਸਰ ਅੰਮ੍ਰਿਤਸਰ ਦੇ ਪਰਚੇ ਕਿੰਨੇ ਆ ਸਰ? ਅੰਮ੍ਰਿਤਸਰ ਦਾ ਪਰਚਾ ਪਹਿਲਾਂ ਹੈਗਾ, ਬਾਕੀ 16 ਪਰਚੇ ਇਹਦੇ ਪਹਿਲਾਂ ਜਿਹੜੇ ਹੈਗੇ ਆ ਉੱਥੋਂ ਦੇ ਹੈਗੇ ਆ। ਇਹ ਲੋਕਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਾਂਗੇ ਕਿ ਆਮ ਤੌਰ 'ਤੇ ਘਰ ਦੇ ਵਿੱਚ ਵੜਦਾ ਸੀਗਾ ਕਹਿ ਕੇ ਕਿ ਮੇਰੇ ਮਦਰ ਜਿਹੜੀ ਹੈਗੀ ਇੱਥੇ ਤੁਹਾਡੇ ਕੰਮ ਕਰਦੀ ਹੈ, ਅਤੇ ਜਿੱਥੇ ਵੇਖਦਾ ਸੀਗਾ ਕਿ ਉੱਥੇ ਮਤਲਬ ਕਿ ਬਜ਼ੁਰਗ ਹੈਗੇ ਨੇ ਜਾਂ ਹੋਰ ਹੈਗੇ ਨੇ ਉਹਨਾਂ ਦੇ ਘਰ ਇਹ ਜਿਹੜਾ ਹੈ ਤਰੀਕੇ ਨਾਲ ਵੜ ਕੇ ਅਤੇ ਉੱਥੇ ਚੋਰੀ ਕਰ ਲੈਂਦਾ ਸੀਗਾ। ਸੋ ਮੇਰੀ ਤੁਹਾਡੇ ਰਾਹੀਂ ਬੇਨਤੀ ਹੈ ਸਾਰੇ ਆਪਣੇ ਸਿਟੀਜ਼ਨਸ ਅੰਮ੍ਰਿਤਸਰ ਨੂੰ ਕਿ ਜੇ ਕੋਈ ਵੀ ਬੰਦਾ ਅਨਆਈਡੈਂਟੀਫਾਈ ਬੰਦਾ ਆਉਂਦਾ ਤਾਂ ਗੇਟ ਨਾ ਖੋਲ੍ਹੋ, ਗੇਟ ਬੰਦ ਕਰਕੇ ਉਹਦੇ ਨਾਲ ਗੱਲ ਕਰੋ। ਔਰ ਜਿੱਦਾਂ ਇਹਦਾ ਨਵਾਂ ਤਰੀਕਾ ਇਸ ਕੇਸ ਦੇ ਵਿੱਚ ਸਮਝ ਆਇਆ ਹੈਗਾ ਕਿ ਜਾ ਕੇ ਪੁੱਛਦਾ ਸੀਗਾ ਕਿ ਮੇਰੇ ਮਦਰ ਤੁਹਾਡੇ ਘਰ ਕੰਮ ਕਰਦੇ ਆ, ਉਹ ਕਿਉਂ ਨਹੀਂ ਆਏ ਘਰ ਨਹੀਂ ਕਿੱਦਾਂ, ਇੱਦਾਂ ਕਰਕੇ ਜਿਹੜੀ ਸੀਗੀ ਘਰ ਦੇ ਵਿੱਚ ਅਸੈਸ ਕਰ ਜਾਂਦਾ ਸੀਗਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਕਿਸੇ ਵੀ ਅਨਆਥੋਰਾਈਜ਼ ਬੰਦੇ ਨੂੰ ਜਿਹੜਾ ਹੈਗਾ ਗੇਟ ਖੋਲ੍ਹੇ ਬਗੈਰ ਹੀ ਗੱਲ ਕਰੋ ਜੀ। ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਗਲਤ ਜਿਹੜੀ ਹੈਗੀ ਹੈ ਵੀਡੀਓ ਵਾਇਰਲ ਹੋ ਰਹੀ ਹੈ, ਜਿਹੜੇ ਬਹੁਤ ਗਲਤ ਨਿਊਜ਼ ਹੋ ਰਹੀ ਹੈ ਕਿ ਛਿਆਟੇ ਦੇ ਏਰੀਏ ਦੇ ਵਿੱਚ ਇੱਕ ਗੈਂਗ ਵਾਰ ਹੋਈ ਆ ਜਿਹਦੇ ਵਿੱਚ ਜਿਹੜਾ ਹੈਗਾ ਆ ਬਲਕਾਰ ਸਿੰਘ ਦੇ ਘਰ ਦੇ ਉੱਤੇ ਜਿਹੜੀ ਆ ਫਾਇਰਿੰਗ ਕੀਤੀ ਗਈ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਕੋਈ ਗੈਂਗ ਵਾਰ ਨਹੀਂ, ਕੋਈ ਇਹਦੇ ਵਿੱਚ ਜਿਹੜਾ ਹੈਗਾ ਕਿਸੇ ਕਿਸਮ ਦਾ ਲੈਣ ਦੇਣ ਨਹੀਂ ਹੈ, ਕਿਸੇ ਵੀ ਗੈਂਗਸਟਰ ਐਂਗਲ ਤੋਂ ਕਿਸੇ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ। ਇਹ ਪਰਸਨਲ ਅਤੇ ਸਿਰਫ ਪਰਸਨਲ ਐਨੀਮਿਟੀ ਦਾ ਕੇਸ ਹੈਗਾ ਜਿਹਦੇ ਵਿੱਚ ਅਸੀਂ ਮੁਕੱਦਮਾ ਨੰਬਰ 269 ਜਿਹੜਾ ਹੈਗਾ 336 ਆਮ ਜੱਗ ਦੇ ਥੱਲੇ ਕਰ ਲਿਆ, ਔਰ 22 ਨੇਮ ਦੋਸ਼ੀ ਰਵੀ ਦੇ ਖਿਲਾਫ਼ ਦਰਜ ਕੀਤਾ। ਉਹਨਾਂ ਦੇ ਵਿੱਚ ਬਕਾਇਦਾ ਜਿਹੜਾ ਲਿਖਿਆ ਹੈਗਾ ਕਿ ਇਹਨਾਂ ਦੇ ਵਿੱਚ ਜਿਹੜੀ ਪਰਸਨਲ ਐਨੀਮਿਟੀ ਇੱਕ ਦੂਜੇ ਨੂੰ ਜਾਣਦੇ ਸੀਗੇ ਉੱਥੇ ਫਾਇਰਿੰਗ ਕੀਤੀ ਹੈ।